ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਪੰਜਾਬ ਵੈਦਰ ਤੇ ਸਵਾਗਤ ਹੈ ਤੁਹਾਡਾ ਸਭ ਦਾ ਮੌਸਮ ਦੀ ਗੱਲ ਕਰਦੇ ਆ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ 30 ਨਵੰਬਰ ਅੱਜ ਸਵੇਰ ਤੋਂ ਕੀ ਮੌਸਮ ਦੀ ਹਲਚਲ ਪੰਜਾਬ ਵਿੱਚ ਸੋ ਜਿਵੇਂ ਕਿ ਕੱਲ ਵੀ ਦੱਸਿਆ ਸੀ ਕਿ ਪੰਜਾਬ ਦਾ ਮੌਸਮ 30 ਨਵੰਬਰ ਸਵੇਰ ਤੜਕੇ ਸਮੇਂ ਦੇ ਆਸ-ਪਾਸ ਤੋਂ ਹੀ ਬੱਦਲਬਾਈ ਅਤੇ ਮੀਂਹ ਵਾਲਾ ਪੈਚੀ ਰੂਪ ਵਿੱਚ ਪੰਜਾਬ ਵਿੱਚ ਦੇਖਣ ਨੂੰ ਮਿਲੇਗਾ ਹੁਣ ਸਵੇਰ ਦੀ ਗੱਲ ਕਰਦੇ ਆ ਲਗਭਗ 6:30 ਮਿੰਟ ਦੇ ਆਸ-ਪਾਸ ਦਾ ਸਮਾਂ ਹੋ ਚੁੱਕਿਆ ਹੈ ਤੇ ਇਸ ਤੋਂ ਪਹਿਲਾਂ ਜੇਕਰ ਗੱਲ ਕਰੀਏ ਤਾਂ ਆਪਾਂ ਨੂੰ ਜਿਹੜਾ ਪੰਜਾਬ ਦਾ ਉੱਤਰੀ ਹਿੱਸਾ ਪੈ ਜਾਂਦਾ ਪਹਾੜੀ ਇਲਾਕਿਆਂ ਦੇ ਨੇੜੇ ਦਾ ਇਸ ਇਲਾਕਿਆਂ ਦੇ ਵਿੱਚ ਮੀਂਹ ਦੀਆਂ ਗਤੀਵਿਧੀਆਂ ਪੈਚੀ ਰੂਪ ਦੇ ਵਿੱਚ ਜਾਰੀ ਨੇ ਹੁਣ ਤੋਂ ਲਗਭਗ 2-3 ਘੰਟੇ ਪਹਿਲਾਂ ਤੋਂ ਤੇ ਨਾਲ ਹੀ ਗੱਲ ਕਰੀਏ ਜਿਵੇਂ ਤਰਨਤਨ ਸਾਹਿਬ ਦੇ ਇਲਾਕੇ ਹੋ ਗਏ ਹਮਰਸਰ ਹੋ ਗਿਆ ਗੁਰਦਾਸਪੁਰ ਪਠਾਨਕੋਟ ਇਨ੍ਹਾਂ ਹਿੱਸਿਆਂ ਵਿੱਚ ਵੀ ਹਲਕੇ ਤੋਂ ਦਰਮਿਆਨੀ ਬੱਦਲ ਵਾਈ ਹੈ ਥੋੜੀ ਬਹੁਤ ਗਰਜ ਚਮਕ ਨਾਲ ਮੀਂਹ ਦੇ ਸ਼ਰਾਟੇ ਹਲਕੇ ਫੁੱਲਕੇ ਕਿਣਮਣ ਦਾ ਮਾਹੌਲ ਇਨ੍ਹਾਂ ਇਲਾਕਿਆਂ ਵਿੱਚ ਵੀ ਦੇਖਣ ਨੂੰ ਮਿਲੇਗਾ ਆਉਂਦੇ ਆਪਾਂ ਨੂੰ 2 ਤੋਂ ਲੈ ਕੇ 4-5 ਘੰਟਿਆਂ ਤੱਕ ਤੇ ਇਸ ਆਪਣੇ ਹੁਸ਼ਿਆਰਪੁਰ ਦੇ ਇਲਾਕੇ ਹੋਗੇ ਮੁਕੇਰੀਆਂ ਦਸੂਆ ਮਟਾਂਡਾ ਤੋਂ ਲੈ ਕੇ ਸ਼ਾਮ 84 ਜਾਸਪਾ ਦੇ ਨੰਗਲ ਅਨੰਦਪੁਰ ਸਾਹਿਬ ਹੋ ਗਿਆ ਰੂਪਨਗਰ ਦੇ ਇਲਾਕੇ ਹੋਗੇ ਨਵਾਂ ਸ਼ਹਿਰ ਰੂਪੜ ਲੁਧਿਆਣਾ ਜ਼ਿਲ੍ਹੇ ਦੇ ਕੁਝ ਪੂਰਬੀ ਹਿੱਸੇ ਹੋਗੇ ਇਸ ਤੋਂ ਇਲਾਵਾ ਮਰਿੰਡਾ ਕਰਾਲੀ ਮੋਹਾਲੀ ਚੰਡੀਗੜ੍ਹ ਸਾਈਡ ਦੇ ਇਲਾਕੇ ਆਗੇ ਫਤੇਗੜ੍ਹ ਸਾਹਿਬ ਹੋ ਗਿਆ ਪਟਿਆਲੇ ਦੇ ਇਲਾਕੇ ਹੋਗੇ ਸੋ ਇਨ੍ਹਾਂ ਹਿੱਸਿਆਂ ਦੇ ਵਿੱਚ ਵੀ ਆਉਂਦੇ ਆਪਾਂ ਨੂੰ 3-4 ਘੰਟਿਆਂ ਦੇ ਵਿੱਚ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਤੇ ਜਿਵੇਂ ਚੰਡੀਗੜ੍ਹ ਮੁਹਾਲੀ ਸਾਈਡ ਹੋ ਗਿਆ ਫਤੇਗੜ ਸਾਹਿਬ ਕੁਝ ਪਟਿਆਲੇ ਦੇ ਇਲਾਕੇ ਹੋਗੇ ਬਾਕੀ ਐਸਬੀਐਸ ਨਗਰ ਰੂਪਨਗਰ ਦੇ ਆਸ-ਪਾਸ ਦੇ ਹਿੱਸੇ ਇਨ੍ਹਾਂ ਹਿੱਸਿਆਂ ਵਿੱਚ ਚੰਗੀ ਗਰਜ ਹਮਕ ਹੋ ਸਕਦੀ ਹੈ ਤੇ ਕੁਝ ਭਾਗਾਂ ਵਿੱਚ ਤੇਜ਼ ਮੀਂਹ ਤੋਂ ਵੀ ਇਨਕਾਰ ਨਹੀਂ ਹੈ ਤੇ ਬਾਕੀ ਇਲਾਕਿਆਂ ਵਿੱਚ ਟੁੱਟਮੀ ਬੱਦਲ ਵਾਈ ਹੈ ਕੁਝ ਭਾਗਾਂ ਵਿੱਚ ਮੌਸਮ ਸਾਫ਼ ਵੀ ਰਹੇਗਾ ਤੇ ਆਉਂਦੇ ਘੰਟਿਆਂ ਦੇ ਵਿੱਚ ਆਪਾਂ ਨੂੰ ਬਠਿੰਡਾ ਮਾਨਸਾ ਸੰਗਰੂਰ ਬਰਨਾਲਾ ਇਨ੍ਹਾਂ ਵੀ ਤਿੰਨ ਚਾਰ ਜ਼ਿਲ੍ਹਿਆਂ ਦੇ ਵਿੱਚ ਮੀਂਹ ਦੀਆਂ ਗਤੀਵਿਧੀਆਂ ਹਲਕੀਆਂ ਫੁਲਕੀਆਂ ਦਰਮਿਆਨੀ ਬੱਦਲ ਵਾਈ ਨਾ ਦੇਖਣ ਨੂੰ ਮਿਲ ਸਕਦੀਆਂ ਨੇ ਸੋ ਇਸੇ ਤਰ੍ਹਾਂ ਦਾ ਟੁੱਟਵੇਂ ਰੂਪ ਵਿੱਚ ਮਾਹੌਲ ਪੰਜਾਬ ਵਿੱਚ ਬੱਦਲਵਾਈ ਦਾ ਬਣੇ ਰਹੇਗਾ ਕੁਝ ਭਾਗਾਂ ਵਿੱਚ ਮੀਂਹ ਹੈ ਤੇ ਕੁਝ ਭਾਗਾਂ ਵਿੱਚ ਧੁੱਪ ਦਾ ਮਾਹੌਲ ਵੀ ਅੱਜ ਦੇਖਣ ਨੂੰ ਮਿਲੂਗਾ ਜਿਵੇਂ ਕੁਝ ਫਾਜ਼ਿਲਕਾ ਮੁਕਸਰ ਦੇ ਇਲਾਕੇ ਫਰੀਦਕੋਟ ਫਿਰੋਜ਼ਪੁਰ ਹੋ ਗਿਆ ਜਾਂ ਲੁਧਿਆਣੇ ਦੇ ਪੱਛਮੀ ਸੇ ਮੋਗਾ ਜ਼ਿਲ੍ਹਾ ਸੋ ਇਨ੍ਹਾਂ ਭਾਗਾਂ ਵਿੱਚ ਟੁੱਟਵੇਂ ਬੱਦਲਵਾਈ ਕੁਝ ਵਿੱਚ ਬੱਦਲ ਲੱਗ ਕੇ ਮੇਰੇ ਕੁਝ ਇਲਾਕਿਆਂ ਵਿੱਚ ਧੁੱਪ ਵੀ ਦੇਖਣ ਨੂੰ ਮਿਲ ਸਕਦੀ ਹੈ ਸੋ ਇਹਦਾ ਕਾਰਨ ਇਹ ਹੈ ਜਿਵੇਂ ਕਿ ਪਹਿਲਾਂ ਦੱਸਿਆ ਵੀ ਇਹ ਸਿਸਟਮ ਬਹੁਤ ਜ਼ਿਆਦਾ ਵੱਡੇ ਏਰੀਆ ਨੂੰ ਇੱਕੋ ਸਮੇਂ ਕਵਰ ਕਰਨ ਵਾਲਾ ਨਹੀਂ ਹੈ ਪੈਚੀ ਰੂਪ ਵਿੱਚ ਪੰਜਾਬ ਵਿੱਚ ਮੀਂਹ ਪਵੇਗਾ ਛੋਟੇ ਖੇਤਰਾਂ ਦੇ ਵਿੱਚ ਮੀਂਹ ਪਵੇਗਾ ਨਾਲ ਦੇ ਇਲਾਕੇ ਖੁਸ਼ਕ ਰਹਣਗੇ ਕੁਝ ਭਾਗਾਂ ਵਿੱਚ ਧੁੱਪ ਹੋਵੇਗੀ ਕੁਝ ਭਾਗਾਂ ਵਿੱਚ ਬੱਦਲ ਵਾਏ ਨਾਲ ਮੀਂਹ ਦੇ ਹਾਲਾਤ ਦੇਖਣ ਨੂੰ ਮਿਲਣਗੇ ਸੋ ਜਿਹੀਆਂ ਮੌਸਮੀ ਹਲਚਲਾਂ ਅੱਜ ਆਪਾਂ ਨੂੰ ਦੁਪਹਿਰ ਦੇ ਆਸ-ਪਾਸ ਤੱਕ ਦੇਖਣ ਨੂੰ ਮਿਲ ਸਕਦੀਆਂ ਨੇ ਪੰਜਾਬ ਦੇ ਵਿੱਚ ਤੇ ਦੁਪਹਿਰ ਤੋਂ ਬਾਅਦ ਮੌਸਮ ਖੁੱਲਣ ਦੇ ਅਸਾਰ ਨੇ ਇਹ ਸਿਸਟਮ ਅੱਗੇ ਨਿਕਲੇਗਾ ਤੇ ਉਸ ਤੋਂ ਬਾਅਦ ਫਿਰ ਪੰਜਾਬ ਦੇ ਵਿੱਚ ਆਪਾਂ ਨੂੰ ਧੁੱਪ ਦਾ ਮਾਹੌਲ ਫਿਲਹਾਲ ਅਜੇ ਟੁੱਟਮੀ ਧੁੱਪ ਹੀ ਬਣੀ ਰਹੇਗੀ ਬੱਦਲਵਾਈ درمیان ਅਤੇ ਫਿਰ ਕੱਲ ਤੋਂ ਮੌਸਮ ਸੁਧਰਨ ਦੇ ਅਸਾਰ ਨੇ ਬਾਕੀ ਦੁਪਹਿਰ ਸ਼ਾਮ ਦੀ ਜੇਕਰ ਵੀ ਅਗਲੀ ਅਪਡੇਟ ਆਉਂਦੀ ਹੈ ਤਾਂ ਉਹ ਵੀ ਅਗਲੇ ਘੰਟਿਆਂ ਵਿੱਚ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਜਾਵੇਗੀ ਤੇ ਹੁਣ ਹਵਾਵਾਂ ਦੀ ਗੱਲ ਕਰੀਏ ਤਾਂ ਹਵਾਵਾਂ ਫਿਲਹਾਲ ਅੱਜ ਪੂਰਬ ਦਿਸ਼ਾ ਤੋਂ ਹੀ ਵਗਣਗੀਆਂ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਦੁਪਹਿਰ ਤੋਂ ਬਾਅਦ ਹਵਾਵਾਂ ਦੇ ਵਿੱਚ ਥੋੜਾ ਬਹੁਤ ਪਰਵਰਤਨ ਦੇਖਣ ਨੂੰ ਮਿਲੇਗਾ ਦਿਨ ਦਾ ਟੈਂਪਰੇਚਰ ਅੱਜ ਪਿਛਲੇ ਦਿਨਾਂ ਦੇ ਮੁਕਾਬਲੇ 2-3 ਡਿਗਰੀ ਘਟ ਕੇ ਲਗਭਗ 20-21 ਡਿਗਰੀ ਦੇ ਆਸ-ਪਾਸ ਘਟੋਗਾ ਵੱਧ ਤੋਂ ਵੱਧ ਰਹੇ ਜਾਵੇਗਾ ਸੋ ਹੁਣ ਜਾਂਦੇ ਜਾਂਦੇ ਜੇਕਰ ਗੱਲ ਕਰੀਏ ਵੀ ਕਿਹੜੇ ਹਿੱਸਿਆਂ ਦੇ ਵਿੱਚ ਜ਼ਿਆਦਾ ਮੀਂਹ ਪੈ ਸਕਦਾ ਹੈ ਇਹਦੇ ਵਿੱਚ ਜੇਕਰ ਇਲਾਕੇ ਤੇ ਜ਼ਿਲ੍ਹਿਆਂ ਦੀ ਗੱਲ ਕਰੀਏ ਪਟਿਆਲਾ ਫਤਿਹਗੜ੍ਹ ਸਾਹਿਬ ਚੰਡੀਗੜ੍ਹ ਮੋਹਾਲੀ ਸਾਈਡ ਦੇ ਇਲਾਕੇ ਕੋਰਾਲੀ ਉਹ ਗਿਆ ਰੂਪਨਗਰ ਹੋ ਗਿਆ ਮਰਿੰਡਾ ਹੋ ਗਿਆ ਕੁਝ ਲੁਧਿਆਣੇ ਦੇ ਪੂਰਬੀ ਹਿੱਸੇ ਹੋਗੇ ਤੇ ਨਵਾਂ ਸ਼ਹਿਰ ਦੇ ਆਸ-ਪਾਸ ਦੇ ਇਲਾਕੇ ਨੰਗਲ ਆਨੰਦਪੁਰ ਸਾਹਿਬ ਹੋਗੇ ਇਸ ਤੋਂ ਇਲਾਵਾ ਹੁਸ਼ਿਆਰਪੁਰ ਦੇ ਇਲਾਕੇ ਆ ਜਾਣਗੇ ਇਹਦੇ ਵਿੱਚ ਤੇ ਕੁਝ ਪਠਾਨਕੋਟ ਤੇ ਗੁਰਦਾਸਪੁਰ ਦੇ ਇਨ੍ਹਾਂ ਹਿੱਸਿਆਂ ਦੇ ਵਿੱਚ ਦਰਮਿਆਨੋਂ ਤੋਂ ਕੁਝ ਹਿੱਸਿਆਂ ਵਿੱਚ ਥੋੜੀ ਜਿਹੀ ਜ਼ਿਆਦਾ ਬਰਸਾਤ ਵੀ ਹੋ ਸਕਦੀ ਹੈ